ਅੱਜ ਕੱਲ੍ਹ ਨੌਜਵਾਨ ਪੀੜ੍ਹੀ 'ਚ ਕਿਸੇ ਦੀ ਗੱਲ ਨੂੰ ਸਹਾਰਨ ਦਾ ਮਾਦਾ ਘਟਦਾ ਜਾ ਰਿਹਾ ਅਤੇ ਨਿੱਕੀ ਜਿਹੀ ਗੱਲ ਮਰਨ ਮਰਾਨ ਤੱਕ ਪਹੁੰਚ ਜਾਂਦੀ ਹੈ। ਅਜਿਹਾ ਹੀ ਮਾਮਲਾ ਚੰਡੀਗੜ੍ਹ ਦੇ ਸੈਕਟਰ 17 ਬੱਸ ਸਟੈਂਡ ਦੇ ਸਾਹਮਣੇ ਦੇਖਣ ਨੂੰ ਮਿਲਿਆ, ਜਿੱਥੇ ਦੇਰ ਰਾਤ ਦੋ ਗੱਡੀਆਂ ਦੇ ਆਪਸ 'ਚ ਭਿੜਨ ਕਾਰਨ ਦੋ ਗੁੱਟਾਂ 'ਚ ਲੜਾਈ ਹੋ ਗਈ। ਗਾਲੀ ਗਲੋਚ ਤੋਂ ਸ਼ੁਰੂ ਹੋਈ ਗੱਲ ਫਾਇਰਿੰਗ ਤੱਕ ਜਾ ਪਹੁੰਚੀ। ਹਾਲਾਂਕਿ ਗਨੀਮਤ ਰਹੀ ਕਿ ਇਹ ਫਾਇਰ ਹਵਾ 'ਚ ਕੀਤਾ ਗਿਆ ਸੀ, ਪਰ ਇਸ ਤਰ੍ਹਾਂ ਗੁੱਸੇ 'ਚ ਕੀਤਾ ਗਿਆ ਫਾਇਰ ਕਿਸੇ ਦੀ ਜਾਨ ਦਾ ਖੋਹ ਵੀ ਬਣ ਸਕਦਾ ਸੀ। ਘਟਨਾ ਤੋਂ ਬਾਅਦ ਦੋਨੋਂ ਗਰੁੱਪ ਮੌਕੇ ਤੋਂ ਫਰਾਰ ਹੋ ਗਏ। ਹਾਲਾਂਕਿ ਪੁਲਿਸ ਨੇ ਆਰਮ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ। ਦੋਵਾਂ ਗੁੱਟਾਂ 'ਚੋਂ ਇੱਕ ਦੀ ਕਾਰ ਗੁਰਦਾਸਪੁਰ ਦੀ ਦੱਸੀ ਜਾ ਰਹੀ ਹੈ। ਬਿਊਰੋ ਰਿਪੋਰਟ, ਸਪੋਕਸਮੈਨ ਟੀਵੀ। ਚਲੋ ਵੀ ਆਸਟ੍ਰੇਲੀਆ 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 ਸਿਡਨੀ ਮੈਲਬੋਰਨ ਸਿਡਨੀ ਮੈਲਬੋਰਨ ਕਾਲੇ ਤੇ ਪਹਿਲਾਂ ਬਾਹਰ ਬਹੁਤ ਸਾਰੇ ਸਟੂਡੈਂਟ ਆ, ਅਗਲਾ ਫੇਰਾ ਵੀ ਲੈਣਾ। ਚਲੋ ਵੀ ਆਸਟ੍ਰੇਲੀਆ 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 ਵਿਨੇ ਹਰੀ ਐਜੂਕੇਸ਼ਨ ਕੰਸਲਟੈਂਟ SCO 73 74 75 ਸੈਕਟਰ 17D ਚੰਡੀਗੜ੍ਹ। ਕੰਟੈਕਟ 0181 5044 999।